ਸਾਡੇ ਨਾਲੋਂ ਕੁਝ ਜ਼ਿੰਮੇਵਾਰੀਆਂ ਤੁਹਾਡੀਆਂ ਯਾਰ ਸਿੰਘਾਂ ਦਾ ਇਤਰਾਜ਼ ਇਹ ਹੈ ਵੀ ਜੇ ਤੇ ਅਸੀਂ ਪ੍ਰਸ਼ਾਸਨ ਤੇ ਸਰਕਾਰ ਨੂੰ ਸੂਚਿਤ ਨਹੀਂ ਨਾ ਕੀਤਾ ਅਸੀਂ 100% ਹੀ ਗਲਤ ਹਾਂ। ਇਹ ਮਸਲੇ ਚੱਲਦੇ ਨੂੰ ਘੱਟ ਤੋਂ ਘੱਟ 1.5 ਸਾਲ ਹੋ ਗਿਆ। ਦਸੰਬਰ ਦੇ ਪਹਿਲੇ ਹਫ਼ਤੇ ਵੀ ਸਿੰਘਾਂ ਨੇ ਮੰਗ ਪੱਤਰ ਦਿੱਤਾ ਜੇ ਮੂਰਤੀਆਂ ਇਤਰਾਜ਼ਯੋਗ ਆ ਤਾਂ ਉਹਨਾਂ ਨੂੰ ਪਾਸੇ ਕੀਤਾ ਜਾਵੇ। ਉਦੋਂ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਇਹੋ ਵਿਸ਼ਵਾਸ ਦਵਾਇਆ ਗਿਆ ਵੀ ਕੋਈ ਨਹੀਂ ਅਸੀਂ ਤੁਹਾਡੀ DC ਸਾਹਿਬ ਨਾਲ ਮੀਟਿੰਗ ਕਰਾਵਾਂਗੇ ਅਤੇ ਇਹ ਮਸਲੇ ਨੂੰ ਜ਼ਰੂਰ ਹੱਲ ਕਰਾਂਗੇ। ਪਰ ਵਾਰ ਵਾਰ ਇਹੋ ਹੁੰਦਾ ਵੀ ਸਿੰਘ ਕਹਿ ਕੇ ਇੱਥੋਂ ਆਪਣੇ ਵਿਚਾਰ ਦੱਸ ਕੇ ਮੁੜ ਜਾਂਦੇ ਆ ਅਤੇ ਮਸਲਾ ਜਿਉਂ ਦਾ ਤਿਉਂ ਉੱਥੇ ਰਹਿੰਦਾ। ਹੁਣ ਜੇ ਚਲੋ 2-4 ਸਿੰਘਾਂ ਨੇ ਆ ਕੇ ਉਹਨੂੰ ਬੁੱਤ ਤੋੜਨ ਦੀ ਕੋਸ਼ਿਸ਼ ਕੀਤੀ ਵੀ ਆ ਅਤੇ ਉਹਨਾਂ 'ਤੇ ਹੁਣ 300 ਸਾਲ ਦੇ ਪਰਚੇ ਹੋ ਗਏ ਆ ਅਤੇ ਉਹਨਾਂ ਦੀ ਕੁੱਟਮਾਰ ਵੀ ਹੋਈ ਆ ਅਤੇ ਹੁਣ ਉਹਨਾਂ ਨੂੰ ਜੇਲ੍ਹ ਦੀ ਕਰਦੇ ਆ। ਸਾਹਿਬ ਦੱਸੋ ਹੁਣ ਅਸੀਂ ਕਿਹੜੇ ਪਾਸੇ ਜਾਈਏ? ਪ੍ਰਸ਼ਾਸਨਿਕ ਤੌਰ 'ਤੇ ਗੱਲ ਜਿਹੜੀ ਜਗ੍ਹਾ ਇਹ ਟੂਰਿਜ਼ਮ ਦੇ ਕੋਲ ਦੇਖੋ ਨਾ ਇਹ DC ਦੇ ਘਰ 'ਚ ਨਾ CP ਸਾਹਿਬ ਦੇ ਘਰ 'ਚ ਇਹ ਹੈਗੀ ਟੂਰਿਜ਼ਮ। ਉਦੋਂ ਗੱਲ ਕੀਤੀ ਸੀ ਆਪਾਂ ਤੁਹਾਡੀ ਗੱਲ ਚਲੋ ADC ਸਾਹਿਬ ਨੇ ਗੱਲ ਵੀ ਟੂਰਿਜ਼ਮ ਡਾਇਰੈਕਟਰ ਜਿਹੜਾ ਉਹਦੇ ਨਾਲ ਤੁਹਾਡੀ ਦੂਜੀ ਗੱਲ ਕਰਕੇ ਚੰਡੀਗੜ੍ਹ ਮਿਲ ਕੇ ਉਹ ਇਹਦਾ ਕੋਈ ਸਲਿਊਸ਼ਨ ਦੇਖੋ ਇਹਦੇ 'ਚ ਕੀ ਆ ਇਹਦੇ 1 ਕਰੋੜ ਰੁਪਈਆ ਦੇ ਉੱਤੇ ਲੱਗਾ ਇਹਦੀ ਆਫਟਰ ਟ੍ਰਾਂਸਫਰ ਕਰਨੀ ਜਾਂ ਤਾਂ ਉਦੋਂ ਹੁੰਦਾ ਜੇ ਜਗ੍ਹਾ ਕਰਨੀ ਜੋ ਵੀ ਫੈਸਲਾ ਵੀ ਟੂਰਿਜ਼ਮ ਨੇ ਕਰਨਾ ਅਤੇ ਚੰਡੀਗੜ੍ਹ ਲੈਵਲ 'ਤੇ ਹੁਣ ਜੇ ਆਪਾਂ ਇੱਥੇ DC ਸਾਹਿਬ ਕਰ ਦੇਣਾ ਜਾਂ ਦੂਜੇ ਕਰ ਦੇਣ ਉਹ ਦੂਸਰੀ ਗੱਲ ਇਹ ਆ ਕਿ ਜਿਹੜੀ ਗੱਲ ਹੋ ਗਈ ਸੀ ਉਸ ਤੋਂ ਬਾਅਦ ਵੀ ਸਿੰਘ ਨੇ ਮੈਸੇਜ ACP ਜਸਪ੍ਰੀਤ ਨਾਲ ਗੱਲ ਕੀਤੀ ਉਹ ਕਹਿੰਦੇ ਮੈਂ ਛੁੱਟੀ ਚੱਲਿਆ ਵੀ ਸਾਡੀ ਆ ਉਹ ਕਹਿੰਦੇ ਜੀ ਛੁੱਟੀ 'ਤੇ ਤੁਸੀਂ ਆ ਜਾਓ ਅਤੇ ਅਸੀਂ ਗੱਲ ਕਰਦੇ ਅਸੀਂ ਉਹਨਾਂ ਨੂੰ ਕਿਹਾ ਵੀ ਦੁਬਾਰਾ ਆਪਾਂ DC ਸਾਹਿਬ ਨੂੰ ਬੜਾ ਸੁਧਾਰਨੀ ਹੋਵੇ ਤੁਹਾਡਾ ਮੈਟਰ ਜਿਹੜਾ ਗੱਲ ਕਰਦੇ ਇਸ ਨੂੰ ਕਹਿੰਦੇ ਅਚਾਨਕ ਮਾਘੀ ਵਾਲੇ ਦਿਨ ਆਣ ਕੇ ਜੇ ਮੁਲਾਜ਼ਮ ਦੇਖ ਲਓ ਵੀਡੀਓ ਦੇਖ ਲਓ ਮੁਲਾਜ਼ਮ ਉਹਨਾਂ ਨੂੰ 5-7-10 ਵਾਰ ਰਿਕੁਐਸਟ ਵੀ ਕੀਤੀ ਉਹਨਾਂ ਪਤਾ ਉਹਨਾਂ ਨੇ ਬਜਾਏ ਇਸ ਮੁਲਾਜ਼ਮਾਂ ਦੇ ਉੱਤੇ ਜਿਹੜੇ ਮੁੰਡੇ ਦੇ ਇਕੱਲੇ ਦੇ ਪਹਿਲੇ ਦੇ ਸਾਡੇ ਉਹਦੇ 'ਤੇ ਜੋ ਵੇਖੋ ਉਹਨਾਂ ਦੀ ਸਪੈਸ਼ਲ ਡਿਊਟੀ ਉਸ ਇਹਦੀ ਬੁੱਤਾਂ ਦੀ ਧਿਆਨ ਰੱਖਣਾ ਇਹ ਵੇਖੋ ਉਹਦੇ ਮੁਲਾਜ਼ਮ ਦੀ ਡਿਊਟੀ 'ਚ ਉਹਦੇ 'ਚ ਕੋਈ ਗੱਲ ਕਰਦਾ ਤਾਂ ਜੋ ਕਾਨੂੰਨੀ ਪ੍ਰਕਿਰਿਆ ਉਹਦੇ ਮੁਤਾਬਕ ਪਰਚਾ ਦਰਜ ਕੇਸ ਹੋ ਗਿਆ ਜੇ ਉਹਦੇ 'ਚ ਤੁਹਾਨੂੰ ਕੋਈ ਇਤਰਾਜ਼ ਆ ਜੇ ਕਿਸੇ ਧਰ ਦਾ ਇਤਰਾਜ਼ ਆ ਤਾਂ ਤੁਸੀਂ ਕੋਈ ਲੀਗਲੀ ਲਿਖ ਕੇ ਦਿਓ CP ਸਾਹਿਬ ਦੀ ਪੜਤਾਲ ਕਰਾ ਦਿੰਦੇ ਗੱਲ ਹੋ ਜਾਂਦੀ ਵੇਖੋ ਇਹਦਾ ਤਾਂ ਇੱਕ ਪ੍ਰਕਿਰਿਆ ਵਾ ਢੰਗ ਆ ਠੀਕ ਨਹੀਂ ਉਹਦੇ ਵਿੱਚ ਆ ਦੇਖੋ ਕੱਲ੍ਹ ਉਹ ਪੇਸ਼ ਕੀਤੇ ਆ ਉਹਨਾਂ ਦਾ ਰਿਮਾਂਡ ਲਿਆ ਉਹਨਾਂ ਦਾ ਮੈਡੀਕਲ ਕਰਿਆ ਜੋ ਲੀਗਲੀ ਹੁੰਦੀ ਆ ਉਹਦੀ ਜੋ ਬੇਲ ਆ ਜੋ ਹੈਗਾ ਸਿਸਟਮ ਉਹ ਤੁਹਾਨੂੰ ਪਤਾ ਜੇ ਤੁਹਾਨੂੰ ਕੋਈ ਧਾਰਾ ਦਾ ਇਤਰਾਜ਼ ਆ ਵੀ ਧਾਰਾ ਇਹ ਨਹੀਂ ਠੀਕ ਲੱਗੀ ਉਹਦੀ ਤੁਸੀਂ ਇੱਕ ਐਪਲੀਕੇਸ਼ਨ ਦਿਓ ਅਤੇ ਜਿਹੜੇ ਵੀ ਅਫਸਰ ਤੋਂ ਤੁਹਾਨੂੰ ਹੈਗੇ ਉਹ ਤੋਂ ਗੱਲ ਕਰਾ ਦਿੰਦੇ ਵੀ ਇਹ ਜੀ ਉਹ ਮੁਲਾਜ਼ਮ ਨੂੰ ਪੁੱਛਣਾ ਵੀ ਤੇਰੇ ਦੱਸ ਕੀ ਤੇਰੇ ਨਾਲ ਗੱਲ ਹੋਈ ਆਮੋ ਸਾਹਮਣੇ ਬਹਿ ਕੇ ਗੱਲ ਹੋ ਜਾਏ ਦੇਖੋ ਇਹ ਤਾਂ ਹੈਗੀ ਆ ਇੱਕ ਮਾਹੌਲ ਨੂੰ ਸਖਾਵਾਂ ਬਣਾਉਣ ਲਈ ਠੀਕ ਹੈ ਮਾਹੌਲ ਨੂੰ ਢੰਗ ਅਤੇ ਜੇ ਆਪਾਂ ਕਹੀਏ ਵੀ ਇੱਦਾਂ ਦੇ ਤਾਂ ਫਿਰ ਉਹ ਤਾਂ ਉਹ ਤਾਂ ਆਪਣਾ ਆਪੋ 'ਚ ਹੀ ਆਪਾਂ ਬਹਿਸ ਕਰਨ ਵਾਲੀ ਗੱਲ ਕਿਉਂਕਿ ਅਸੀਂ ਤੁਹਾਨੂੰ ਕੱਲ੍ਹ ਵੀ ਤੁਹਾਡੀ ਸੀ ਕੱਲ੍ਹ ਅਸੀਂ ਮਕਬੂਲਪੁਰੇ ਥਾਣੇ ਕੋਲ ਸਿੰਘ ਨੇ ਕਿਹਾ ਕਿ ਅਸੀਂ ਆਏ ਨੇ ਹੈ ਦੱਸੋ ਤੁਹਾਨੂੰ
ਦੇਖੋ ਕਈ ਗੱਲਾਂ ਜਿਹੜੀਆਂ ਇਹਦਾ ਉੱਪਰ ਨਹੀਂ ਕੀਤੀਆਂ ਜਾ ਸਕਦੀਆਂ, ਗੱਲ ਆ ਆਪਾਂ ਬੰਦ ਕਰਕੇ ਗੱਲ ਕਰ ਸਕਦੇ, ਹੱਲ ਕਰ ਸਕਦੇ। ਮੈਂ ਕੱਲ੍ਹ ਵੀ ਅਸੀਂ ਡੀਕਦੇ ਰਹੇ, ਮੁੜ ਕੇ ਉਹਨਾਂ ਨੇ ਕਹਿ ਤਾ ਸੁਣੀਏ ਜਦੋਂ ਇਹਨਾਂ ਸਿੰਘਾਂ ਨੇ ਡੀ ਸੀ ਸਾਹਿਬ ਨੂੰ ਆਪਣਾ ਮੰਗ ਪੱਤਰ ਦਿੱਤਾ, ਉਹ ਅੱਗੇ ਜਾ ਸਕਦਾ ਨਹੀਂ? ਮੈਂ ਕਿੰਨੀ ਵਾਰ ਇਹਨਾਂ ਨੂੰ ਕਿਹਾ ਇਹਨਾਂ ਨੂੰ ਸਾਰਿਆਂ ਨੂੰ ਵੀ ਜਾ ਕੇ ਭਾਈ ਪੰਜ ਸੱਤ 'ਚ ਜਾ ਕੇ ਡਾਇਰੈਕਟਰ ਨੂੰ ਮਿਲੋ ਜਾ ਕੇ, ਇਹਨਾਂ ਨੂੰ ਪੁੱਛੋ ਭਾਈ ਸਾਹਿਬ ਕੋਈ ਸਾਨੂੰ ਸਮਾਂ ਨਹੀਂ ਨਾ ਦਿੱਤਾ ਗਿਆ, ਜਾਂ ਤੁਸੀਂ ਕਰ ਲਓ ਜਾਂ ਮੈਨੂੰ ਕਰ ਲਓ, ਕਰ ਲਓ ਤੁਸੀਂ ਕਰ ਲਓ, ਜਦੋਂ ਉਹਨੇ ਟਾਈਮ ਉਹਨੇ ਦੇਣਾ, ਉਹਦਾ ਟਾਈਮ ਮੈਂ ਨਹੀਂ ਕਹਿ ਸਕਦਾ ਇੱਥੇ ਜਿਹੜਾ ਜੀ ਟਾਈਮ ਦੇ। ਦੇਖੋ ਟਾਈਮ ਜਿਹੜਾ ਵਾ ਇੱਥੇ ਏ ਡੀ ਸੀ ਸਾਹਿਬ ਏ ਡੀ ਸੀ ਸਾਹਿਬ ਇਸੇ ਕਰਦੇ ਮੀਟਿੰਗ ਸੀ ਵੀ ਤੁਹਾਨੂੰ ਉੱਥੇ ਆਪਾਂ ਏ ਡੀ ਸੀ ਸਾਹਿਬ ਨੂੰ ਕਹਿੰਦੇ ਵੀ ਗੱਲ ਡਾਇਰੈਕਟਰ ਨਾ ਕਰੋ, ਡਾਇਰੈਕਟਰ ਸਾਹਿਬ ਕੋਲ ਟਾਈਮ ਲੈ ਕੇ ਦਿੰਦੇ ਪੰਜ ਸੱਤ ਦਸ ਦਿਨ, ਉਹਨਾਂ ਨੂੰ ਆਪਣੀ ਉੱਥੇ ਗੱਲ ਰੱਖੀ ਜਾਵੇ। ਦੇਖੋ ਹਰ ਗੱਲ ਦਾ ਹੱਲ ਹੁੰਦਾ, ਪਰ ਹੱਲ ਜੇ ਆਪਾਂ ਇਹ ਕਹੀਏ ਵੀ ਜਿਹੜਾ ਡੀ ਸੀ ਸਾਹਿਬ ਦੇ ਅਧਿਕਾਰ ਖੇਤਰ 'ਚ ਨਹੀਂ ਹੈਗਾ, ਠੀਕ ਹੈ, ਹੁਣ ਹੋ ਰਿਹਾ ਇਹਨਾਂ ਦੀ ਰਿਪੇਅਰ ਦੀ ਗੱਲ, ਕੋਈ ਉਹ ਕਰਨੀ, ਉਹ ਕਹਿੰਦੇ ਵੀ ਜੋ ਵੀ ਹੈਗਾ ਉਹ ਜਿਹੜਾ ਮਹਿਕਮਾ ਬਣਿਆ ਉਹਨੂੰ ਹੈਂਡਓਵਰ ਹੋ ਗਏ, ਉਹਨਾਂ ਟੂਰਿਜ਼ਮ ਵਾਲਾ ਉਹਨਾਂ ਕਰਨਾ, ਉਹਦਾ ਵੱਖਰਾ ਮੈਨੇਜਿੰਗ ਡਾਇਰੈਕਟਰ ਲੱਗਾ ਵਾ, ਉਹਦੀ ਤੁਸੀਂ ਪੇਪਰ 'ਚ ਫੋਟੋ ਵੀ ਦੇਖਿਓ ਉਹਦਾ ਸਾਰਾ ਸਿਸਟਮ, ਜੇ ਉਹਦਾ ਕਹੋਗੇ ਵੀ ਮੈਂ ਕਰ ਸਕਦਾ ਜਾਂ ਸੀ ਪੀ ਸਾਹਿਬ ਦੇ ਅਧਿਕਾਰ 'ਚ, ਉਹਦਾ ਜਿਹੜਾ ਜੋ ਵੀ ਤੁਹਾਡੇ ਅਧਿਕਾਰ 'ਚ ਇਹ ਹੈਗਾ ਵਾ ਕਿ ਜਿਹੜੇ ਬੱਚਾ ਫੜਿਆ ਗਿਆ ਵਾ ਤੁਹਾਡੇ ਐਸ ਐਚ ਓ ਦੇ ਦਫ਼ਤਰਾਂ 'ਚ ਲੱਗਾ ਵਾ ਕਿ ਉਸ ਪਰਿਵਾਰ ਨੂੰ ਸੂਚਿਤ ਕੀਤਾ ਜਾਵੇ ਜਿਹੜਾ ਦੋਸ਼ੀ ਫੜਿਆ ਜਾਂਦਾ, ਕਿਸੇ ਪਰਿਵਾਰ ਨੂੰ ਮਿਲ ਦਿੱਤਾ ਗਿਆ ਪ੍ਰਸ਼ਾਦਾ ਛਕਾ ਦਿੱਤਾ ਗਿਆ, ਤੁਹਾਡੇ ਹੀ ਅਫਸਰਾਂ ਦੇ ਦਫ਼ਤਰਾਂ 'ਚ ਲੱਗਾ ਹੋਇਆ ਵਾ ਬਕਾਇਦਾ, ਕਿ ਜਿਹੜਾ ਵੀ ਦੋਸ਼ੀ ਭਾਵੇਂ ਜਿੱਡਾ ਮਰਜ਼ੀ ਕ੍ਰਾਈਮ ਕੀਤਾ ਹੋਵੇ ਕਿ ਉਸ ਬੱਚੇ ਦੇ ਪਰਿਵਾਰ ਨੂੰ ਫੋਨ 'ਤੇ ਸੂਚਿਤ ਕੀਤਾ ਜਾਵੇ। ਕਿਹੜੇ ਬੱਚੇ ਨੂੰ ਕੀਤਾ? ਪਰਿਵਾਰ ਦਾ ਇੱਕ ਮਾਤਾ ਆਈ ਆ ਸਾਰਾ ਦਿਨ ਵਿਲਕਦੀ ਰਹੀ ਆ ਕਿਸੇ ਪਰਿਵਾਰ ਨੂੰ, ਬੱਚੇ ਨੂੰ ਫਿਰ ਬੱਚਿਆਂ ਦੇ ਨਾਂ 'ਤੇ ਸਦਰ ਕੀਤਾ, ਨੰਗਾ ਕਰਕੇ ਕੁੱਟਿਆ ਬੱਚਿਆਂ ਨੂੰ, ਹੁਣ ਰਾਤ ਦਾ ਸੀਰੀਅਲ ਸਟਾਫ ਖੜਿਆ ਕੀ ਉਹਨਾਂ ਨੇ ਕ੍ਰਾਈਮ ਕੀਤਾ ਲਿਆ ਉਹਨਾਂ ਦੇ 307 ਸਾਡੇ ਤੇ, ਜਦੋਂ ਇਹੋ ਥਾਣੇ 'ਚ ਅੱਗੇ ਸਿੰਘ ਸਾਹਿਬ ਜੀ ਆਪਣੇ ਤੇ ਬੱਚੇ ਆਏ ਤਾਂ ਆਪਾਂ ਨੂੰ ਸੀਰੀਅਲ ਸਟਾਫ ਨੂੰ ਦਿੱਤਾ ਕੇਸ, ਆਪਣਾ ਕੇਸ ਸੀਰੀਅਲ ਸਟਾਫ ਨੂੰ ਦਿੱਤਾ ਜਦੋਂ ਆਪਣੇ 307 ਇਹੋ ਥਾਣੇ 'ਤੇ ਪਰਚਾ ਦਰਜ ਕੀਤਾ ਗਿਆ, ਸਾਡੇ ਤੇ ਕਾਨੂੰਨ ਵੱਖਰਾ ਹੋ ਗਈ। ਪ੍ਰਵੇਸ਼ ਸਿੰਘ ਗੱਲ ਇਹਦੇ 'ਚ ਇਹ ਆ, ਵੇਖ ਮੇਰੀ ਸੁਣ ਗੱਲ, ਗੱਲ ਆ ਵੀ ਜੇਲ੍ਹ ਕਰਨਾ ਮਸਲੇ ਨੂੰ ਹੱਲ, ਠੀਕ ਆ, ਉਹ ਤਾਂ ਸਿਸਟਮ ਦੇ ਨਾਲ, ਜੇ ਆਪਾਂ ਇਹ ਆ ਵੀ ਬਹਿਸੋ ਬਹਿਸੀ ਕਰਨੀ ਆ, ਜੇ ਮਸਲਾ ਹੱਲ ਕਰਨਾ ਤੁਹਾਡੇ ਵਸਣਾ ਤੋਂ ਵੀ ਆਪ ਜੀ ਨੇ ਕਿਹਾ ਕਿ ਅਸੀਂ ਹਫ਼ਤੇ ਤੱਕ ਜਿਹੜਾ ਬਿਠਾ ਕੇ ਤੁਹਾਡੀ ਸਾਰੀ ਮੀਟਿੰਗ ਕਰਵਾ ਦਾਂਗੇ, ਇਹ ਉਹਨਾਂ ਦੇ ਨਾਲ ਕੋਈ ਹਫ਼ਤਾ ਨਹੀਂ ਆ, ਅੱਜ ਜੇ ਸਿੰਘਾਂ ਨੇ ਖਤਮ ਚੁੱਕਿਆ ਵਾ, ਕਿਉਂ ਨੀ ਮੈਂ ਸਪੈਸ਼ਲੀ ਕਰਕੇ ਤੁਹਾਡੀ ਡੀਸੀ ਸਾਹਿਬ ਮਾਨਸ਼ੂ ਨਾਲ ਗੱਲ, ਉਦੋਂ ਬਾਅਦ ਤੁਹਾਡੀ ਫੋਨ 'ਤੇ ਗੱਲ ਹੋਈ, ਫਿਰ ਤੁਸੀਂ ਮੇਰੇ ਕਿਹਾ ਮੇਰੇ ਨਾਲ ਮੀਟਿੰਗ ਹੋਈ, ਕਿਹੜੀ ਤੁਸੀਂ ਮੈਨੂੰ ਕਿਹਾ ਕਿ ਹਾਂ ਏ ਡੀ ਸੀ ਸਾਹਿਬ ਨੂੰ ਹੀ ਮਿਲਿਆ, ਮੈਂ ਤੁਹਾਨੂੰ ਫਿਰ ਫੋਨ ਕੀਤਾ ਵੀ ਮੈਂ ਬਿਜ਼ੀ ਹਾਂ ਅਤੇ ਪ੍ਰਧਾਨ ਜੀ ਤੁਸੀਂ ਮਿਲਿਆ, ਤੁਸੀਂ ਕਿਹਾ ਹਾਂ ਮੈਂ ਕੋਲ ਬੈਠਾ, ਦੇਖੋ ਤਾਂ ਮੇਰੇ ਨਾਲ ਕਿਹਾ ਵੀ ਇਹ 6 ਤਰੀਕ ਦੀ ਪਹਿਲਾਂ ਦੀ ਗੱਲ ਵਾ, ਇਹ 6 ਤਰੀਕ ਤੋਂ ਪਹਿਲਾਂ ਦੀ, ਜਿਵੇਂ ਆਪ ਜੀ ਏ ਸੀ ਡੀ ਹੋਏ ਆਪਣੇ ਮੀਟਿੰਗ ਹਾਲ ਦੇ ਵਿੱਚ ਆਪ ਜੀ ਬੈਠੇ, ਭਾਈ ਸਾਹਿਬ ਨਹੀਂ ਬੈਠੇ ਆ, ਨਾਲ ਏ ਡੀ ਸੀ ਬੈਠਾ, ਤਹਿਸੀਲਦਾਰ ਬੈਠਾ, ਇਹ ਪਹਿਲਾਂ ਦੀਆਂ ਗੱਲਾਂ, ਜਦੋਂ ਅਸੀਂ ਇੱਥੇ ਆਣ ਕੇ ਮੰਗ ਪੱਤਰ ਦਿੱਤਾ, ਤੁਸੀਂ ਕਿਹਾ ਉਹਨਾਂ ਡਾਕਟਰ ਸਾਹਿਬ ਲਿਖੋ ਉੱਪਰ ਚੰਡੀਗੜ੍ਹ ਨੂੰ ਲਿਖੋ, ਚੰਡੀਗੜ੍ਹ ਨੂੰ ਲਿਖਾਇਆ ਆਪ ਜੀ ਨੇ ਲਿਖਾਇਆ, ਸਾਨੂੰ ਮੰਗ ਪੱਤਰ ਦੇ ਕੇ ਜਾਓ, ਉਹ ਤੇ ਕੁਦਰਤੀ ਅਸੀਂ ਕਹਿੰਦੇ ਡੀ ਸੀ ਬੈਠਾ ਸੀ ਏਦਾਂ ਹੋਈ, ਸਾਰੀ ਹੱਲ ਵਾਸਤੇ ਹੋ ਰਹੀ ਹੈ, ਕੁੱਟ ਖਾਣ ਵਾਸਤੇ ਹੋ ਰਹੀ, ਆਸ਼ਵਾਸਨ ਦਿੱਤਾ ਸਾਨੂੰ
ਅਸੀਂ ਆਪਣੀ ਗੱਡੀ ਵਿੱਚ ਤੁਹਾਨੂੰ ਚੰਡੀਗੜ੍ਹ ਲੈ ਕੇ ਜਾਵਾਂਗੇ। ਚੰਡੀਗੜ੍ਹ ਉਹਨਾਂ ਕਿਹਾ ਸੀ ਆਪਣੀ ਗੱਡੀ 'ਚ ਲੈ ਕੇ ਜਾਵਾਂ, ਮੈਂ ਵੀ ਉੱਥੇ ਆਪ ਤੁਹਾਨੂੰ ਲੈ ਕੇ ਜਾਵਾਂਗੇ, ਤੁਹਾਡੀ ਡਰੈਕਟਰ ਨਾਲ ਗੱਲ ਕਰਾਵਾਂਗੇ, ਇਸ ਮਸਲੇ ਦਾ ਹੱਲ ਕਰਾਵਾਂਗੇ ਕਿ ਆਪਾਂ ਜਿਹੜੇ ਆ ਰੋਜ਼ ਦੀ ਕਿੰਤੂ ਪ੍ਰੰਤੂ ਇਹ ਚੰਗੇ ਨਹੀਂ ਲੱਗਦੇ। ਦੇਖੋ ਇੱਕ ਅਫਸਰ ਸਾਨੂੰ ਆਸ਼ਵਾਸਨ ਦਵਾਏ ਤਾਂ ਸਾਡਾ ਫਰਜ਼ ਬਣਦਾ ਉਹਦੇ ਪਹਿਰਾ ਦੇਣਾ, ਅਤੇ ਜਿਹਦਾ ਇਹਦਾ ਮਤਲਬ ਵੀ ਸਰਕਾਰ ਅਤੇ ਜਿਹੜਾ ਪ੍ਰਸ਼ਾਸਨ ਆ ਇਸ ਗੱਲ ਨਾਲ ਐਗਰੀ ਨਹੀਂ ਹੈਗਾ ਕਿ ਇਹਨੂੰ ਜਦੋਂ ਬਾਬਾ ਜੀ ਖੜੇ ਕਿਸੇ ਨੂੰ ਨਹੀਂ, ਸਾਨੂੰ ਇੱਕ ਮਿੰਟ ਬੇਨਤੀ ਸੁਣਿਆ ਬਾਈ ਤੁਸੀਂ ਬੇਨਤੀ ਸੁਣੀ ਬਾਬਾ ਜੀ, ਅਸੀਂ ਉੱਥੇ ਜੀਕਾਂ ਕੱਟ ਕੱਟ ਛਡਾਈ ਹੋ ਗਏ, ਤੁਸੀਂ ਕਹਿਣ ਦੇ ਇੰਨੇ ਮੌਮਰੇ ਦਿੱਤੇ ਆ ਭਾਈ ਸਾਹਿਬ, ਹੁਣ ਗੱਲ ਪਹੁੰਚਾ ਦੇ ਉੱਤੇ ਹੁਣ ਕੱਲ ਦੀ ਗੱਲ ਕੀ ਪਹੁੰਚਾਈ ਗਈ ਆ, ਕੱਲ ਦੀ ਕੀ ਗੱਲ, ਪਰਸੋਂ ਦਾ ਵਾਪਕਾ ਹੋਇਆ ਰਾਤ ਦਾ ਕੀ ਗੱਲ ਪਹੁੰਚਾਈ ਗਈ ਉਹ ਦੱਸ ਦੋ ਸਾਨੂੰ, ਕੀ ਰਿਜ਼ਲਟ ਨਿਕਲਿਆ ਦਾ ਯਾ ਮਾਹੌਲ ਖਰਾਬ ਹੋ ਗਿਆ, ਹੁਣ ਪਹੁੰਚਾ ਦਿਓ ਗੱਲ। ਇੱਕ ਮਿੰਟ ਗੱਲ ਇਹ ਆ ਵੇਖੋ, ਮੈਂ ਸੁਬਾਹ ਜਦੋਂ ਵੇਖੋ ਕੱਲ੍ਹ ਅਸੀਂ ਡੀ ਵੀਰੇ ਤੁਸੀਂ ਮਿਲੇ ਸਾਨੂੰ, ਅੱਜ ਸਾਨੂੰ ਪਤਾ ਲੱਗਾ ਤੁਹਾਡੇ ਨਾਲ ਮੈਂ ਗੱਲ ਕੀਤੀ, ਤੁਸੀਂ ਕਿਹਾ ਕਿ ਮੈਂ ਨਹੀਂ ਕਰ ਰਿਹਾ ਜੀ ਭਾਈ ਸਾਹਿਬ ਦੀ ਅਗਵਾਈ ਕਰ ਰਹੇ, ਭਾਈ ਸਾਹਿਬ ਨੂੰ ਫੋਨ ਕੀਤਾ, ਮੈਂ ਕਿਹਾ ਜੀ ਦੱਸੋ ਆਪਣੇ ਏ ਡੀ ਸੀ ਸਾਹਿਬ ਨਾਲ ਬਹਿ ਕੇ ਗੱਲ, ਡੀ ਸੀ ਸਾਹਿਬ ਨਾਲ ਗੱਲ ਕਰ ਲੈਂਦੇ ਹਾਂ ਡੀ ਸੀ ਦਫ਼ਤਰ, ਭਾਈ ਸਾਹਿਬ ਕਹਿੰਦੇ ਵੀ ਸਾਡੀ ਪਹਿਲਾਂ ਮੀਟਿੰਗ ਆ, ਮੀਟਿੰਗ ਮੈਂ ਪੰਜ ਸੱਤ ਸਿੰਘ ਲਓ ਆਪਾਂ ਉੱਥੇ ਡੀ ਸੀ ਸਾਹਿਬ ਨਾਲ ਗੱਲ ਕਰਦੇ ਹਾਂ ਵੀ ਡੀ ਸੀ ਸਾਹਿਬ, ਭਾਈ ਸਾਹਿਬ ਜੀ ਆਪ ਹੀ ਕਹਿ ਰਹੇ ਜੇ ਵੀ ਡੀ ਸੀ ਸਾਹਿਬ ਦੇ ਹੱਥ 'ਚ ਹੀ ਨਹੀਂ, ਆਪਾਂ ਡੀ ਸੀ ਸਾਹਿਬ ਨਾਲ ਗੱਲ ਉਹ ਸਹੀ ਆ, ਨਾਲੇ ਡੀ ਸੀ ਸਾਹਿਬ ਨਾਲ ਬਹਿਣ ਦਾ ਫਾਇਦਾ ਕੋਈ ਨਹੀਂ, ਡੀ ਸੀ ਸਾਹਿਬ ਦੇ ਹੱਥ 'ਚ ਹੀ ਨਹੀਂ ਗੱਲ, ਸਾਲ ਦਾ ਬੱਚਾ ਵਾ ਉੱਥੇ ਤੁਸੀਂ 307 ਲਾ ਦਿੱਤੀ, ਇੱਧਰ ਮੇਰੀ ਗੱਲ ਸੁਣੋ, ਉਹਦੇ ਵਾਸਤੇ ਗੱਲ ਕਰਕੇ ਹਾਂਜੀ ਗੁਰਦੁਆਰਾ ਸਾਹਿਬ ਕਰਾ ਦੋ ਬਾਬਾ ਸਿੰਘ ਸਾਹਿਬ ਜੀ, ਇੱਥੇ ਆਏ ਨੇ ਚੱਲ ਕੇ ਸਾਰੀ ਗੱਲਾਂ ਸਾਰੀਆਂ ਕਰਨੀਆਂ ਪੈਂਦੀਆਂ ਸਾਹਿਬ ਜੀ, ਸਾਰੇ ਬੰਦ ਕਰਨੇ ਪੈਂਦੇ ਆ ਜੀ, ਗੱਲ ਕਰਕੇ ਦੱਸ ਗੱਲ ਕਰਕੇ ਤੁਸੀਂ ਆਪਣੀ ਮੀਟਿੰਗ ਕਰ ਲਓ, ਠੀਕ ਹੈ ਤੁਸੀਂ ਜਿਹੜੇ ਆਪਣੇ 5-7 ਬੰਦੇ ਸਿਲੈਕਟ ਕਰ ਲਿਓ, ਹਾਂ ਅਸੀਂ ਤੁਹਾਨੂੰ ਹੁਣ ਚੱਲ ਲੈਣੇ ਆਪਣੇ ਗੱਲ ਕਰਕੇ ਬੇਨਤੀ ਇਸ ਤਰ੍ਹਾਂ ਵੀ ਆਪਾਂ ਸਾਰੇ ਸਿੱਖ ਹਾਂ, ਇਹ ਥੋੜਾ ਵੀ ਸਾਡੇ ਖੂਨ ਦਾ ਤੇ ਤੁਹਾਡੇ ਖੂਨ ਦਾ ਫਰਕ ਗਿਆ, ਤੁਹਾਡੇ ਵਾਸਤੇ ਕਾਨੂੰਨ ਹੋ ਰਿਹਾ ਸਾਡੇ ਵਾਸਤੇ ਹੋ ਰਿਹਾ, ਆਪਾਂ ਸਾਰੇ ਰਲ ਕੇ ਇਹਦਾ ਮਸਲੇ ਦਾ ਇਹ ਜਿਹੜੇ ਬੋਤਿਆਂ ਨੇ ਯਾਰ ਇੱਕ ਮਿੰਟ ਮੇਰੀ ਸੁਣੋ ਗੱਲ।